ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਅੱਜ ਤੁਹਾਡੇ ਨਾਲ ਇੱਕ ਬੱਚੀ ਨੂੰ ਰੂਬਰੂ ਕਰਾਉਣਾ ਚਾਹੁੰਨਾ ਇੱਕ 6 ਸਾਲ ਦੀ ਬੱਚੀ ਹੈ ਸਕੂਲ ਪੜ੍ਹਦੀ ਹੈ ਤੇ ਮੇਰੇ ਪਿੰਡੇ ਤੇ ਨਾਨਕੀ ਜਿਹੜਾ ਮਿਲਣ ਆਈ ਵੀ ਸੀ ਛੁੱਟੀਆਂ ਕਰਕੇ ਸਕੂਲ ਦੀਆਂ ਤਾਂ ਜਵਾਕਾਂ ਨਾਲ ਖੇਡਣ ਇਹ ਇੱਧਰ ਨੂੰ ਆਈ ਤਾਂ ਮੈਂ ਜਿਵੇਂ ਕਿ ਮੇਰਾ ਸਵਾਲ ਹੈ ਉਸ ਮੁਤਾਬਕ ਮੈਂ ਹਰ ਇੱਕ ਬੱਚੇ ਨੂੰ ਪੁੱਛਦਾ ਜਦੋਂ ਕੋਈ ਮੈਨੂੰ ਬੱਚਾ ਮਿਲਦਾ ਵੀ ਕਿਹੜੇ ਸਕੂਲ ਚ ਪੜਦਾ ਹੈ ਕੀ ਪੰਜਾਬੀ ਪੜ੍ਹਾਈ ਜਾਂਦੀ ਹੈ ਜਾਂ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਪੰਜਾਬੀ ਬੋਲਣ ਦਿੱਤੀ ਜਾਂਦੀ ਹੈ ਜਾਂ ਨਹੀਂ ਦਿੱਤੀ ਜਾਂਦੀ ਉਹ ਬੱਚੀ ਨੇ ਬੜੇ ਹੈਰਾਨੀ ਦੇ ਨਾਲ ਖਲਾਸੇ ਕੀਤੇ ਨੇ ਆਪਾਂ ਉਸ ਬੱਚੀ ਦੀ ਜਵਾਨੀ ਹੀ ਸੁਣਦੇ ਆ ਪੁੱਤਲਾ ਦੱਸ ਕਿਹੜੇ ਕਿਹੜੇ ਸਕੂਲ ਚ ਪੜਦੀਆਂ ਪੁੱਤੋ ਡੀਏਵੀ ਪਾਵਰ ਸਕੂਲ ਕੋਟਖਪੂਰਾ ਡੀਏਵੀ ਪਾਵਰ ਸਕੂਲ ਕੋਟਖਪੂਰਾ ਕਿਹੜੀ ਕਲਾਸ ਚ ਪੜਦੀ ਹੈ ਪੁੱਤ ਯੂਕੇਜੀ ਉੜਾੜਾ ਪੜਾਉਂਦੇ ਆ ਨਹੀਂ ਪੜਾਉਂਦੇ ਨਹੀਂ ਤੇ ਤੂੰ ਪੁੱਤ ਫਿਰ ਜਿਹੜਾ ਆਪਦੇ ਨਾਲ ਦਿਆਂ ਨਾਲ ਜਿਹੜੇ ਹੋਰ ਜਵਾਬ ਤੇਰਾ ਨਾ ਪੜਦੇ ਆ ਉਹਨਾਂ ਚ ਕਿਹੜੀ ਬੋਲੀ ਚ ਬੋਲਦੀ ਹੈ ਹਿੰਦੀ ਚ ਉਹਨਾਂ ਨਾਲ ਹਿੰਦੀ ਨਾਲ ਦੇ ਜਵਾਕਾਂ ਨਾਲ ਹਿੰਦੀ ਚ ਬੋਲਦੀ ਹੈ ਤੇ ਪੰਜਾਬੀ ਚ ਕਿਉਂ ਨਹੀਂ ਬੋਲਦੀ ਕਿਹੜੇ ਮੈਡਮ ਆ ਪੁੱਤੋ ਮਨਾਕਸ਼ੀ ਸ਼ਰਮਾ ਉੱਚੀ ਬੋਲ ਪੁੱਤੋ ਉੱਚੀ ਮਨਾਕਸ਼ੀ ਸ਼ਰਮਾ ਮੈਮ ਉਹ ਕੰਦੀ ਪੰਜਾਬੀ ਚ ਨਹੀਂ ਬੋਲਣਾ ਤੇ ਘਰੇ ਪੁੱਤ ਕਿਹੜੀ ਜ਼ਬਾਨ ਚ ਗੱਲ ਕਰਦੀਆਂ ਹਿੰਦੀ ਚ ਹਿੰਦੀ ਚ ਆਦੀ ਮਾਂ ਨਾਲ ਆਦੀ ਮੰਮਾ ਨਾਲ ਹਿੰਦੀ ਚ ਗੱਲ ਕਰਦੀਆਂ ਉਹ ਕਿਉਂ ਪੁੱਤ ਮੈਡਮ ਨੇ ਕਹਿ ਆ ਸਾਰੇ ਕਿ ਤੇ ਹਿੰਦੀ ਜੀ ਗੱਲ ਕਰਿਆ ਕਰੋ ਮੈਮ ਕਹਿੰਦੀ ਜਿਹਨਾਂ ਨੇ ਹਿੰਦੀ ਪੜ੍ਹ ਜਿਹਨੂੰ ਹਿੰਦੀ ਨੂੰ ਆਉਂਦੀ ਨਹੀਂ ਹੰਦੀ ਉਹਨਾਂ ਦੇ ਨਾਲ ਪਿਆਪੀ ਕਰਿਆ ਕਰੋ ਹੋਰ ਕੀ ਕਹਿੰਦੀ ਹੈ ਪਤਾ ਮੈਡਮ ਹੋਰ ਕੀ ਕਹਿੰਦੀ ਹੈ ਹਾਂ ਡਰਨਾ ਪਤਾ ਡਰਨਾ ਕੋਈ ਹੋਰ ਕੀ ਕਹਿੰਦੀ ਹੈ ਮੈਡਮ ਪੰਜਾਬੀ ਬਾਰੇ ਆਪੀ ਵਾਰੀ ਵੇਖ ਕਰੀ ਤਾਂ ਦੀਆਂ ਨਾ ਪੜ੍ਹਦੀ ਕੀ ਜਾਂਦੀ ਹੈ ਪਤਾ ਉੱਚੀ ਬੋਲੀ ਗਰੀਬਾਂ ਦੀ ਵੀ ਅਨਪੜ ਹੁੰਦੀ ਆ ਦੋਸਤੋ ਇਹ ਬੱਚੀ ਦੱਸਿਆ ਇਹਨੇ ਦੇਖੋ ਕਿੱਡਾ ਕਿਸ ਤਰੀਕੇ ਦੇ ਨਾਲ ਸਾਡੀ ਕਿਸ ਸਾਜ਼ਿਸ਼ ਕਿਸ ਢੰਗ ਦੇ ਨਾਲ ਸਾਡੀ ਜ਼ੁਬਾਨ ਨੂੰ ਸਾਡੇ ਕੋਲੋਂ ਦੂਰ ਕੀਤਾ ਜਾ ਰਿਹਾ ਹੈ ਇਹ ਬੱਚੀ ਦੱਸਦੀ ਆ ਜਿਹੜੀ ਡਰੀ ਹੋਈ ਛੋਟੀ ਬੱਚੀ ਹੈ ਕਹਿੰਦੀ ਮੈਡਮ ਕਹਿੰਦੀ ਹੈ ਪੰਜਾਬੀ ਜ਼ੁਬਾਨ ਤਾਂ ਗਰੀਬਾਂ ਦੀ ਤੇ ਅਨਪੜਾਂ ਦੀ ਬੋਲੀ ਹੁੰਦੀ ਹੈ ਬੈ ਜਾ ਪੁੱਤ ਬੈ ਜਾ ਬੈ ਜਾ ਇੱਕ ਬਾਈ ਕਹਿੰਦਾ ਸ਼ਾਰਟ ਪਾਟੀ ਪਿਆ ਕੋਈ ਗੱਲ ਨਹੀਂ ਬਾਈ ਅੱਛਾ ਹੋਰ ਪੁੱਤੇ ਤੋਂ ਇਲਾਵਾ ਤੇਰੀ ਮਾਂ ਜਿਹੜੀ ਤੇਰੀ ਬੇਬੇ ਆ ਤੇਰੀ ਮੰਮਾ ਉਹ ਉਹਨੂੰ ਮੈਡਮ ਨੇ ਵੀ ਕਿਉਂ ਦੱਸਿਆ ਸੀਗਾ ਮੈਡਮ ਨੇ ਕੀ ਕਿਹਾ ਉਹਨੂੰ ਮੈਡਮ ਨੇ ਆਨ ਨੂੰ ਕਾਇਆ ਆਨ ਨੂੰ ਕਰੇ ਵੀ ਹਿੰਦੀ ਬੁਲਾਇਆ ਕਰੋ ਪਿਆ ਪੀਣਾ ਬੁਲਾਇਆ ਕਰੋ ਸੋ ਹੋਰ ਪੁੱਤ ਹੋਰ ਗੱਲਬਾਤ ਕੋਈ ਫਿਰ ਤੂੰ ਪੁੱਤ ਜਿਹੜੀ ਮੇਰੇ ਨਾਲ ਪੰਜਾਬੀ ਸੀ ਗੱਲ ਕਰਨੀ ਇਹ ਕਿੱਥੋਂ ਸਿੱਖੀ ਹੈ ਕੀ ਗੱਲ ਕਰਿਆ ਕਰ। ਤੇ ਪੁੱਤ ਭਰਮ ਤੇਰੀ ਮੰਮਾ ਨੂੰ ਤਾਂ ਪੰਜਾਬੀ ਆਉਂਦੀ ਹੈ ਉਹਦੇ ਨਾਲ ਪੰਜਾਬੀ ਚ ਕਿਉਂ ਨਹੀਂ ਗੱਲ ਕਰਦੀ। ਮੈਡਮ ਨੇ ਕਿਹਾ। ਸੋ ਸਾਥੀਓ ਆਪਾਂ ਦੇਖਿਆ ਕਿ ਇੱਕ ਬੱਚੀ ਨੇ ਆਪਣੀ ਪੂਰੀ ਕਹਾਣੀ ਸੁਣਾਈ ਹੈ ਵੀ ਕਿਸ ਤਰੀਕਾ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਮੈਡਮ ਜਿਹੜੀ ਇਹਨਾਂ ਨੂੰ ਰੋਕ ਰਹੀ ਹੈ ਜਿਹਦਾ ਨਾਮ ਬੱਚੀ ਦੱਸ ਰਹੀ ਹੈ ਮਨਕਸ਼ੀ ਸ਼ਰਮਾ ਡੀਏਵੀ ਪਬਲਿਕ ਸਕੂਲ ਕੋਟਖਪੂਰਾ ਦੇ ਬੱਚੇ ਬੱਚੀ ਪੜਦੀ ਹੈ। ਤੇ ਖਾਨੀ ਵਾਲੀ ਗੱਲ ਆਪਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਵੀ ਜਿਹੜੀ ਪੰਜਾਬੀ ਆ ਉਹ ਅਨਪੜਾਂ ਦੀ ਗਵਾਰਾਂ ਦੀ ਪਿੰਡੂਆਂ ਦੀ ਜ਼ੁਬਾਨ ਹੈ ਘਰੇ ਵੀ ਜਿਹੜੇ ਸਕੂਲ ਦੇ ਟੀਚਰ ਨੇ ਤਾਂ ਉਹ ਇਸ ਤਰੀਕੇ ਦੇ ਨਾਲ ਫੋਨ ਕਰਦੇ ਆ ਕਿ ਤੁਸੀਂ ਜਵਾਕਾਂ ਨਾਲ ਆਪਣੇ ਨਾਲ ਪੰਜਾਬੀ ਚ ਨਾ ਗੱਲ ਕਰਿਆ ਕਰੋ ਹਿੰਦੀਸ ਗੱਲ ਕਰਿਆ ਕਰੋ ਮੈਂ ਪਹਿਲਾਂ ਬਥੇਰੇਬਾਰੀ ਤੁਹਾਨੂੰ ਕਲਪਦਾ ਰਿਆਂ ਦਹਾਈਆਂ ਪਾਉਂਦਾ ਰਿਆਂ ਕਿ ਕਿਸ ਤਰੀਕੇ ਇੱਕ ਸਾਜ਼ਿਸ਼ ਦੇ ਨਾਲ ਸਾਡੀ ਜ਼ਬਾਨ ਨੂੰ ਸਾਡੇ ਵजूद ਨੂੰ ਮਾਰਿਆ ਜਾਇਆ ਕੋ ਸਾਡੀ ਜ਼ਬਾਨ ਦੇ ਨਾਲ ਹੀ ਸਾਡਾ ਸਾਰਾ ਕੁਝ ਜੁੜਿਆ ਹੋਇਆ ਹੌਲੀ ਹੌਲੀ ਇਹ ਇੱਕ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇੱਕ ਮਤਲਬ ਕਿ ਗਮਰਾਹ ਕਰਕੇ ਮਾਪੇ ਨੂੰ ਇਹ ਸਾਡੀ ਜ਼ਬਾਨ ਨੂੰ ਜਿਹੜਾ ਖਤਮ ਕਰ ਰਹੇ ਨੇ ਹੁਣ ਪਿੱਛੇ ਜਿਹਨਾਂ ਨੇ ਜਿਹੜੀ ਨਵੀਂ ਹੁਣ ਮੋਦੀ ਸਰਕਾਰ ਬਣੀ ਹੈ ਤਾਂ ਉਹਨਾਂ ਨੇ ਇੱਕ ਫਰਮਾਨ ਜਾਰੀ ਕੀਤਾ ਸੀਗਾ ਕਿ ਜਿਹੜੇ ਅੰਡਰਗ੍ਰੈਜੂਏਟ ਕੋਰਸ ਨੇ ਉਹਨਾਂ ਦੇ ਵਿੱਚ ਹਿੰਦੀ ਨੂੰ ਜਿਹੜਾ ਜ਼ਰੂਰੀ ਵਿਸ਼ੇ ਦੇ ਤੌਰ ਤੇ ਪੜਾਇਆ ਜਾਇਆ ਕਰੂਗਾ ਪਰ ਉਹਦਾ ਬੜਾ ਵਿਰੋਧ ਹੋਇਆ ਦਿੱਲੀ ਦੇ ਵਿੱਚ ਵੀ ਵਿਰੋਧ ਹੋਇਆ ਦੱਖਣ ਦੇ ਕਈ ਸੂਬਿਆਂ 'ਚ ਵਿਰੋਧ ਹੋਇਆ ਪੰਜਾਬ 'ਚ ਨਹੀਂ ਹੋਇਆ ਦੱਖਣ ਵਾਲੇ ਆਪਣੇ ਨਾਲੋਂ ਫੇਰ ਵੀ ਇਸ ਗੱਲ ਦੇ ਵਿੱਚ ਬਹੁਤ ਜ਼ਿਆਦਾ ਸਤਰਕ ਨੇ ਤੇਜ ਨੇ ਜਾਗਰਤ ਨੇ ਜਾਗੇ ਹੋਏ ਨੇ ਉਹ ਕਹਿੰਦੇ ਵੀ ਸਾਨੂੰ ਇਹ ਗੱਲ ਮਨਜ਼ੂਰ ਨਹੀਂ ਹੈਗੀ ਤਾਂ ਉਹਨਾਂ ਨੂੰ ਇਹ ਫੈਸਲਾ ਜਿਹੜਾ ਉਹ ਵਾਪਸ ਲੈਣਾ ਪੈ ਗਿਆ ਭਰਾਵੋ ਸੋ ਮੈਂ ਤੁਹਾਡੇ ਅੱਗੇ ਇਹੀ ਬੇਨਤੀ ਕਰਦਾ ਹਾਂ ਮੈਂ ਪੰਜਾਬ ਦੀ ਹਰ ਉਹ ਮਾਂ ਅੱਗੇ ਬੇਨਤੀ ਕਰਦਾ ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਪੜਦੇ ਆ ਹਰ ਉਹ ਪਿਓ ਅੱਗੇ ਬੇਨਤੀ ਕਰਦਾ ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਪੜਦੇ ਆ ਕਿ ਤੁਸੀਂ ਸਾਰੇ ਆਪਣੇ ਅ ਬੱਚਿਆਂ ਦੇ ਆਪਣੇ ਜਵਾਕਾਂ ਦੇ ਸਕੂਲਾਂ ਦੇ ਵਿੱਚ ਜਾ ਕੇ ਪੁੱਛੋ ਵੀ ਸਾਡੇ ਜਵਾਕ ਨੂੰ ਤੁਸੀਂ ਪੰਜਾਬੀ ਕਿਉਂ ਨਹੀਂ ਬੋਲਣ ਦਿੰਦੇ ਕਿਉਂ ਉਹਨੂੰ ਮਜਬੂਰ ਕੀਤਾ ਜਾਂਦਾ ਹਿੰਦੀ ਵਿੱਚ ਗੱਲਬਾਤ ਕਰਨ ਦੇ ਲਈ ਮੈਂ ਸੱਗਲ ਦੇ ਖਿਲਾਫ ਨਹੀਂ ਹੈਗਾ ਮੈਂ ਅੰਗਰੇਜ਼ੀ ਦੇ ਖਿਲਾਫ ਨਹੀਂ ਮੈਂ ਹਿੰਦੀ ਦੇ ਖਿਲਾਫ ਨਹੀਂ ਮੈਂ ਉਰਦੂ ਦੇ ਖਿਲਾਫ ਨਹੀਂ ਜੰਮ ਜੰਮ ਕੇ ਆਪਣੇ ਜਵਾਕਾਂ ਨੂੰ ਅੰਗਰੇਜ਼ੀ ਹਿੰਦੀ ਉਰਦੂ ਪੜ੍ਹਾਓ ਸਾਰੀਆਂ ਜ਼ਬਾਨਾਂ ਪੜ੍ਹਾਉਣੀਆਂ ਚਾਹੀਦੀਆਂ ਹਰ ਬੱਚੇ ਨੂੰ ਸਾਰੀਆਂ ਜ਼ਬਾਨਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਆ ਪਰ ਜਿੱਥੇ ਸਾਡੀ ਮਾਂ ਜ਼ਬਾਨ ਦੀ ਗੱਲ ਆਉਂਦੀ ਹੈ ਕਿਉਂਕਿ ਸਾਡੀ ਮਾਂ ਜ਼ਬਾਨ ਦੇ ਨਾਲ ਹੀ ਸਾਡਾ ਸਾਰਾ ਕੁਝ ਜੁੜਿਆ ਹੋਇਆ ਹੈ ਸਾਡਾ ਸਾਹਿਤ ਸਾਡਾ ਇਤਿਹਾਸ ਸਾਡੇ ਧਾਰਮਿਕ ਗ੍ਰੰਥ ਸਾਡਾ ਵजूद ਸਾਡੀ ਹੋਣੀ ਸਾਡੀਆਂ ਗੱਲਾਂ ਬਾਤਾਂ ਕਹਾਣੀਆਂ ਹਰ ਇੱਕ ਚੀਜ਼ ਸਾਡੀ ਸਾਡੀ ਜ਼ੁਬਾਨ ਨਾਲ ਮੇਰਾ ਵੀਰ ਜੁੜੀ ਹੋਈ ਹੈ ਤਾਂ ਅਸੀਂ ਫਿਰ ਯਾਰ ਕਿਉਂ ਇਹ ਸ਼ਰਮਾ ਮਹਿਸੂਸ ਕਰਦੇ ਆਂ ਇਹ ਹੀਣਤਾ ਮਹਿਸੂਸ ਕਰਦੇ ਆਂ ਆਪਣੀ ਜ਼ੁਬਾਨ ਨੂੰ ਬੋਲਣ ਦੇ ਵਿੱਚ ਆਪਣੀ ਮਾਂ ਬੋਲੀ ਨੂੰ ਬੋਲਣ ਦੇ ਵਿੱਚ ਮਾਂ ਦਾ ਬੜਾ ਯੋਗਦਾਨ ਹੁੰਦਾ ਹੈ ਬੱਚੇ ਦੀ ਜ਼ਿੰਦਗੀ ਦੇ ਵਿੱਚ ਤੇ ਮੈਂ ਖਾਸ ਅਪੀਲ ਮਾਮਾ ਨੂੰ ਕਰਦਾ ਕਿ ਉਹ ਘੱਟੋ ਘੱਟ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਸੇ ਦੇਣ ਕਿ ਤੁਸੀਂ ਸਕੂਲ ਦੇ ਬੱਚੇ ਨਾਲ ਦੇ ਜਵਾਕਾਂ ਨਾਲ ਵੀ ਪੰਜਾਬੀ ਵਿੱਚ ਗੱਲ ਕਰਨੀ ਹੈ ਕਰਿਆ ਕਿ ਪੰਜਾਬੀ ਵਿੱਚ ਗੱਲ ਕਰਨੀ ਆ ਕੋਈ ਰਿਸ਼ਤੇਦਾਰ ਆਉਂਦਾ ਉਹਦੇ ਨਾਲ ਵੀ ਪੰਜਾਬੀ ਦੇ ਵਿੱਚ ਫਤਿਹ ਬੁਲਾਉਣੀ ਆ ਕੁਝ ਵੀ ਕਰਨਾ ਤਾਂ ਪੰਜਾਬੀ ਦੇ ਵਿੱਚ ਹੀ ਮੇਰਾ ਵੀਰ ਕਰਨਾ ਸੋ ਅਸੀਂ ਲੱਗੇ ਹੋਏ ਆ ਲਗਾਤਾਰ ਯਤਨਸ਼ੀਲ ਆ ਡੀਓ ਨੂੰ ਮਿਲੇ ਆ ਵੱਖ-ਵੱਖ ਸਕੂਲਾਂ ਦੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਬਰਿੰਡਾ ਡੀਓ ਨੂੰ ਮਿਲੇ ਆ ਮਾਨਸਾ ਡੀਓ ਨੂੰ ਮਿਲੇ ਆ ਉਹਨਾਂ ਨੂੰ ਕਈ ਸਕੂਲਾਂ ਦੀਆਂ ਲਿਸਟਾਂ ਵੀ ਦਿੱਤੀਆਂ ਨੇ ਨੌ ਵੀ ਦਿੱਤੇ ਨੇ ਜਾਵੜਾ ਪੁੱਤ ਜਾ ਹਾਂ ਜਾ ਦਿੱਤੇ ਨੇ ਕਿ ਆਹ ਆ ਸਕੂਲ ਨੇ ਜਿਹੜੇ ਪੰਜਾਬੀ ਬੋਲਣ ਤੇ ਰੋਖ ਲਾਉਂਦੇ ਨੇ ਜਾਂ ਪੰਜਾਬੀ ਪੂਰੇ ਤਰੀਕੇ ਨਾਲ ਪੜ੍ਹਾਈ ਨਹੀਂ ਜਾਂਦੀ ਹੈਗੀ ਬਾੜੇ ਦੇ ਬਾਕਾਂ ਨੂੰ ਪਹਾੜੇ ਵੀ ਨਹੀਂ ਆਉਂਦੇ ਪੂਰੇ ਸਹੀ ਪੰਜਾਬੀ ਲਿਖਣੀ ਵੀ ਨਹੀਂ ਆਉਂਦੀ ਲਿਖਣੀ ਵੀ ਨਹੀਂ ਆਉਂਦੀ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਯਾਰ ਆਓ ਆਪਾਂ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਇਕੱਲਿਆਂ ਨਾਲ ਗੱਲ ਨਹੀਂ ਬਣਨੀ ਮਿੱਤਰ ਸਹਿਨ ਮੀਤ ਵਰਗੇ ਨੇ ਲੁਧਿਆਣੇ ਤੋਂ ਸੇਖੋਂ ਸਾਹਿਬ ਨੇ ਉਹਨਾਂ ਨੇ ਪੰਜਾਬੀ ਪਸਾਰ ਭਾਈਚਾਰਾ ਇੱਕ ਗਰੁੱਪ ਬਣਾਇਆ ਹੋਇਆ ਜਿਹਦੇ ਤਹਿਤ ਉਹ ਸਾਰਾ ਲੜਾਈ ਲੜ ਰਹੇ ਨੇ ਲੰਮੀ ਪਰ ਲੜਾਈ ਕੱਲਿਆਂ ਦੇ ਲੜਨ ਨਾਲ ਨਹੀਂ ਜਿੱਤੀ ਜਾਣੀ ਕਿਉਂਕਿ ਸਾਡੇ 4 ਛਪੇਰਿਓਂ ਹੀ ਇਹ ਸਾਨੂੰ ਘੇਰਾ ਪਾ ਲਿਆ ਕਿਸੇ ਵੀ ਸਾਨੂੰ ਸਾਡੇ ਜਿੰਨੇ ਪੰਜਾਬ ਵਿੱਚ ਕਿਸੇ ਪ੍ਰਕਾਰ ਦੇ ਬੋਰਡ ਆ ਉਹਨਾਂ ਉੱਪਰ ਹਿੰਦੀ ਹਿੰਦੀ ਨਜ਼ਰ ਆਉਂਦੀ ਆ ਬੈਂਕਾਂ ਚ ਚਲੇ ਜਾਓ ਦਫ਼ਤਰਾਂ ਚ ਚਲੇ ਜਾਓ ਹਿੰਦੀ ਚ ਹੀ ਬੋਲ ਵਾਲਾ ਹੋ ਗਿਆ ਸਾਰੇ ਕੁਛ ਦਾ ਤੇ ਪੰਜਾਬੀ ਦਿਨੋਂ ਦਿਨ ਦਿਨੋਂ ਦਿਨ ਸਾਨੂੰ ਹੌਲੀ 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 ਕਰਕੇ ਸਾਨੂੰ ਨੁਕਰੇ ਲਾਇਆ ਜਾ ਰਿਹਾ ਸਾਨੂੰ ਕਿਨਾਰੇ ਕੀਤਾ ਜਾ ਰਿਹਾ ਸੋ ਮੇਰਾ ਵੀਰ ਮੇਰੀ ਤੁਹਾਨੂੰ ਇੱਕੋ ਹੀ ਬੇਨਤੀ ਆ ਕਿ ਜ਼ਵਾਨ ਦਾ ਜਿਹੜਾ ਵजूद ਹੈ ਜ਼ਬਾਨ ਦਾ ਜਿਹੜੀ ਕਹਾਣੀ ਹੈ ਉਹ ਸਾਡੀ ਕੌਮ ਦੇ ਵजूद ਨਾਲ ਜੁੜੀ ਹੈ ਸਾਡੀ ਕੌਮ ਦੀ ਹੋਣੀ ਨਾਲ ਜੁੜੀ ਹੈ ਸਾਡੀ ਕੌਮ ਦੀ ਕਹਾਣੀ ਨਾਲ ਜੁੜੀ ਹੈ ਆਉਣ ਵਾਲੇ ਅਸੀਂ ਪਸਤਾਵਾਂਗੇ ਅਸੀਂ ਹਰ ਇੱਕ ਚੀਜ਼ ਨੂੰ ਹਾਸਲ ਕਰ ਲਾਂਗੇ ਪੈਸੇ ਨੂੰ ਸ਼ੌਹਰਤਾਂ ਨੂੰ ਦੌਲਤਾਂ ਨੂੰ ਵੱਡੇ ਵੱਡੇ ਮਕਾਨ ਖੜੇ ਕਰ ਲਾਂਗੇ ਸਾਰਾ ਕੁਝ ਹਾਸਲ ਕਰ ਲਾਂਗੇ ਪਰ ਜੇ ਅਸੀਂ ਉਹਨਾਂ ਟਾਈਮਾਂ ਜਾ ਕੇ ਸੋਚਾਂਗੇ ਕਿ ਸਾਡੀ ਜ਼ੁਬਾਨ ਸਾਡੇ ਕੋਲੋਂ ਵਿਛੜ ਗਈ ਐ ਬਹੁਤ ਦੂਰ ਰਹਿ ਗਈ ਐ ਤੇ ਸਾਡੇ ਦਾ ਜਵਾਕ ਸਾਡੇ ਜ਼ੁਬਾਨ ਸਾਡੀ ਬੋਲੀ ਬੋਲ ਨਹੀਂ ਭੁੱਲ ਗਏ ਆ ਤੇ ਫੇਰ ਮੇਰਾ ਵੀਰ ਸਾਨੂੰ ਮੈਨੂੰ ਲੱਗਦਾ ਕਿ ਯਾਰ ਆ ਉਦੋਂ ਸਾਡੇ ਕੋਲੇ ਪਸਤੌਣ ਦੇ ਇਲਾਵਾ ਕੁਝ ਰਹਿ ਨਹੀਂ ਜਾਣਾ ਤੇ ਭੁੱਬੀ ਮਾਰ ਕੇ ਤਹਾ ਮਾਰ ਕੇ ਅਸੀਂ ਭੁੱਬੀ ਰੋਣਾ ਤੇ ਉਦੋਂ ਫਿਰ ਸਾਡਾ ਮੈਨੂੰ ਲੱਗਦਾ ਕਵੀਰ ਲਿਖਦਾ ਕਹਿੰਦਾ ਲੱਖਿਆ ਨਾ ਬੱਚਾ ਨੂੰ ਖਵਾ ਨਹੀਂ ਕੁਝ ਕੋਈ ਗੱਲ ਨਹੀਂ ਵੀਰ ਬਸ ਮੇਰਾ ਵੀਰ ਮੇਰੀ ਗੱਲ ਤੇ ਯਾਰ ਸਰਕਰਿਓ ਅਮਲ ਕਰਿਓ ਅਕਲਾ ਲਿਖ ਇੱਕ ਹੀ ਨਾ ਲਿਖਦਾ ਕਰੋ ਬਾਈ ਠੀਕ ਆ ਵਧੀਆ ਗੱਲ ਆ ਇਹ ਲਿਖਣ ਨਾਲ ਨਹੀਂ ਆਪੋ ਆਪਣੇ ਘਰਾਂ ਦੇ ਵਿੱਚ ਪਹਿਰਾ ਦੇਣਾ ਪੈਣਾ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਪੈਣਾ ਆਪੋ ਆਪਣੇ ਬੱਚਿਆਂ ਨੂੰ ਪੁੱਛਣਾ ਪੈਣਾ ਜਦੋਂ ਹੀ ਉਹ ਆਉਂਦੇ ਨੇ ਸਕੂਲ ਦੇ ਵਿੱਚੋਂ ਪੜ੍ਹ ਕੇ ਵੀ ਸੋਨੂੰ ਪੰਜਾਬੀ ਬੋਲਣ ਤੇ ਰੋਕਿਆ ਤੇ ਨਹੀਂ ਜਾਂਦਾ ਸੋਨੂੰ ਸਹੀ ਪੜਾਇਆ ਜਾਂਦਾ ਤਾਂ ਜਾ ਕੇ ਅਸੀਂ ਇਸ ਗੱਲ ਤੇ ਪਹਿਰਾ ਦੇਵਾਂਗੇ ਤੇ ਨਹੀਂ ਤਾਂ ਫਿਰ ਆ ਦੇਖੋ ਕਿਸ ਤਰੀਕੇ ਦੇ ਨਾਲ ਘਰੇ ਵੀ ਘਰੇ ਮਾਮਾ ਨੂੰ ਫੋਨ ਕਰਕੇ ਕਿਉਂਕਿ ਅੱਜ ਕੱਲ ਸਾਡੇ ਇੱਕ ਮਾਹੌਲ ਜਿਹਾ ਬਣਿਆ ਹੋਇਆ ਪੰਜਾਬ ਦੇ ਵਿੱਚ ਕਿ ਜਦੋਂ ਹੀ ਕਿਸੇ ਵੀ ਮਾਂ ਨੂੰ ਜਾਂ ਬਾਪ ਨੂੰ ਕੋਈ ਟੀਚਰ ਫੋਨ ਕਰਦਾ ਜਾਂ ਸਕੂਲ ਚ ਗਏ ਨੂੰ ਕਹਿ ਦਿੰਦਾ ਵੀ ਤੁਹਾਡਾ ਜਵਾਕ ਤਾਂ ਜੇ ਅੰਗਰੇਜ਼ੀ ਬੋਲੂਗਾ ਜਾਂ ਹਿੰਦੀ ਬੋਲੂਗਾ ਤਾਂ ਇਹ ਬਹੁਤ ਪੜ ਸਕਦਾ ਅੱਗੇ ਵੱਧ ਸਕਦਾ ਜੇ ਪੰਜਾਬੀ ਦੇ ਉੱਤੇ ਤੁਸੀਂ ਲਾਈ ਰੱਖਿਆ ਤੇ ਨਹੀਂ ਅਨਪੜ ਰਹਿ ਜਾਣਾ ਐਨੀ ਗੱਲ ਕਹਿਣ ਦੀ ਧੀਰ ਹੁੰਦੀ ਹੈ ਸਾਡੇ ਨੂੰ ਲੱਗਣ ਲੱਗ ਜਾਂਦਾ ਵੀ ਨਾ ਸਾਡਾ ਜਵਾਕ ਤਾਂ ਅਨਪੜ ਨਾ ਰਹਿ ਜੀ ਨਹੀਂ ਯਾਰ ਤੁਸੀਂ ਇੱਕ ਅੰਕੜਾ ਕੱਢ ਕੇ ਦੇਖ ਲਓ ਜਿੰਨੇ ਪੰਜਾਬ ਦੇ ਆਈਐਸ ਤੇ ਆਈਪੀਐਸ ਬਣੇ ਨੇ ਸਾਰੇ ਪੰਜਾਬੀ ਸਕੂਲਾਂ ਦੇ ਪੜੇ ਹੋਏ ਤੱਪੜ ਵਾਲੇ ਸਕੂਲਾਂ ਦੇ ਪੜੇ ਹੋਏ ਬਣੇ ਨੇ ਕੋਈ ਗਵਰਨਮੈਂਟ ਸਕੂਲਾਂ ਦੇ ਅੰਗਰੇਜ਼ੀ ਮੀਡੀਆ ਵਾਲੇ ਸਕੂਲਾਂ ਦੇ ਪੜੇ ਹੋਏ ਬਹੁਤ ਘੱਟ ਨੇ ਨਾ ਮਾਤਰ ਨੇ ਜਿਨ੍ਹਾਂ ਨੇ ਆਈਪੀਐਸ ਆਈਐਸ ਪੀਸੀਐਸ ਕੀਤਾ ਉਹਨਾਂ ਨੇ ਟੌਪ ਕੀਤਾ ਹੋਵੇ ਜਾਂ ਉੱਥੇ ਉਹਨਾਂ ਦੀ ਸਿਲੈਕਸ਼ਨ ਹੋਈ ਹੋਵੇ ਜਾ ਕੇ ਇਹ ਭਲੇਖਾ ਸਾਡੇ ਮਨਾਂ 'ਚ ਕਿ ਯਾਰ ਜੇ ਅਸੀਂ ਇਹੇ ਸਕੂਲ ਚਲਾਵਾਂਗੇ ਸਕੂਲ ਲੁੱਟਨੇ ਅੱਜ ਲੁੱਟ ਬਹੁਤ ਵੱਡਾ ਲੁੱਟ ਦਾ ਸਾਧਨਾ ਸਕੂਲ ਅੱਜ ਇਸ ਸਾਰੇ ਨਾਂ ਤੇ ਲੁੱਟਾ ਖਤਾਬਾਂ ਦੇ ਨਾਂ ਤੇ ਲੁੱਟਾ ਬਰਦਿਆਂ ਦੇ ਨਾਂ ਤੇ ਲੁੱਟਾ ਉਹਦੇ ਖਿਲਾਫ ਅਸੀਂ ਬੋਲਦੇ ਨਹੀਂ ਬਸ ਇਹੇ ਥਾਈ ਅਸੀਂ ਗਏ ਆ ਸਕੂਲਾਂ 'ਚ ਮਾਂ-ਬਾਪ ਨਾਲ ਗੱਲ ਕਰੀ ਦੀ ਆ ਵੀ ਤੁਸੀਂ ਉੱਠੋ ਯਾਰ ਅਸੀਂ ਤੁਹਾਡੇ ਨਾਲ ਤਰਨ ਨੂੰ ਤਿਆਰ ਆਂ ਆਜੋ ਆਪਾਂ ਲੜਦੇ ਆਂ ਨਾਲ ਉੱਥੇ ਨਹੀਂ ਜੀ ਸਾਡੇ ਜਵਾਬ ਦਾ ਭਵਿੱਖ ਨਾ ਖਰਾਬ ਹੋ ਜੇ ਸਾਡੇ ਜਵਾਬ ਨੂੰ ਇੱਥੋਂ ਕੱਢ ਦੇਣਗੇ ਕਿਹੜਾ ਭਵਿੱਖ ਦੁਕਾਨਾਂ ਖੋਲੀਆਂ ਹੋਈਆਂ ਹੋਈਆਂ ਸਕੂਲਾਂ ਵਾਲਿਆਂ ਨੇ ਲੁੱਟਦਾ ਲੁੱਟਦਾ ਸਾਧਨ ਬਣਾਇਆ ਹੋਇਆ ਲੁੱਟਦੇ ਐਡੇ ਬਣੇ ਹੋਏ ਨੇ ਸਕੂਲ ਨੇ ਜਿਹੜੇ ਉੱਥੇ ਹੀ ਲੁੱਟ ਕਰਾਈ ਜਾਂਦੇ ਆ ਜਦੋਂ ਸਾਡਾ ਜਵਾਬ ਕਿਤੇ ਜਾ ਕੇ ਟੈਸਟ 'ਚ ਬੈਂਦਾ ਫਿਰ ਅਸੀਂ ਪਸਤਾਉਨੇ ਆ ਉਹੀ ਚੱਕ ਕੇ ਰਿਜ਼ਲਟ ਬਣਾ ਦਿੰਦੇ ਆ ਤੁਹਾਡਾ ਜਵਾਬ 90% ਲੈ ਗਿਆ 95 ਲੈ ਗਿਆ 98 ਲੈ ਗਿਆ ਖੁਸ਼ ਹੋਏ ਫਿਰਦੇ ਹੁੰਨੇ ਆ ਕਿਸ ਨੂੰ ਛੋੜੀ ਜਿਵੇਂ ਧਾਰਨ ਦੱਸਦਾ ਮੇਰਾ ਕਬੀਲੀ ਆ ਸਕੂਲ ਆ ਉਹਦੇ ਕੋਲ ਇੱਕ ਕਲਾਸ ਦੇ ਵਿੱਚ 40 ਜਵਾਬ ਸੀਗੇ ਤੇ 40 ਜਵਾਬਾਂ ਦੇ ਉਹਨੇ 40 ਤੇ 40 ਜਵਾਬ ਕੀ ਪਹਿਲੇ ਨੰਬਰ ਤੇ ਲਿਆਂਦੇ ਫਾਸਟ ਕੱਢ ਤੇ ਤੇ 40 ਜਵਾਬਾਂ ਨੂੰ ਐਡੀਆਂ ਐਡੀਆਂ ਟ੍ਰਾਫੀਆਂਆਂ ਦੇਤੀਆਂ ਮੈਨੂੰ ਪੁੱਛਿਆ ਮੈਂ ਯਾਰ ਇਹ ਕੀ ਕੀਤਾ ਤੂੰ ਉਹ ਕਹਿੰਦਾ 40 ਦੇ 40 ਆਪਾਂ ਖੁਸ਼ ਕਰਤੇ ਤੇ 40 ਪਰਿਵਾਰ ਖੁਸ਼ ਕਰਤੇ ਹੁਣ 40 ਜਿਹੜੇ ਉਹਨੇ ਪਰਿਵਾਰ ਖੁਸ਼ ਕਰਤੇ ਉਹ ਗਾਹਾਂ 400 ਨੂੰ ਦੱਸਣਗੇ ਕਿ ਸਾਡਾ ਜਵਾਕ ਫਲਾਣੇ ਸਕੂਲ ਚ ਪੜਦਾ ਤੇ ਫਸਟ ਆਇਆ ਆਉਂਦਾ ਕਰਦਾ ਜਵਾਕ ਨੂੰ ਕੱਖ ਨਹੀਂ ਹੁੰਦਾ ਸੋ ਮੇਰਾ ਵੀਰੇ ਇਹੀ ਮੇਰੀ ਬੇਨਤੀ ਹੈ ਕਿ ਮੈਂ ਇਸ ਕਰਕੇ ਯਾਰ ਮੈਨੂੰ ਜਦੋਂ ਕਦੇ ਇਹ ਲੱਗਦਾ ਤੇ ਮੇਰੇ ਦਿਲ ਚ ਇੱਕ ਦਰਦ ਇੱਕ ਹੂ ਕੁੱਟਦੀ ਹੈ ਕਿ ਯਾਰ ਆਹ ਹੱਦ ਦੇ ਹਾਲਾਤ ਬਣੇ ਹੋਏ ਨੇ ਅਸੀਂ ਕਿਉਂ ਇੰਨੇ ਨਿਖਿੱਧ ਦੇ ਨਕਮੇ ਬਣੇ ਬੈਠੇ ਆ ਇਹਨੇ ਵੇਸੜੇ ਹੋਏ ਬੈਠੇ ਆ ਸੁੱਤੇ ਪਏ ਆ ਜਮੇ ਕੋਈ ਧਿਆਨ ਨਹੀਂ ਸਾਡਾ ਜਵਾਬਖ ਜਾਂਦਾ ਕੀ ਪੜਦਾ ਕੀ ਪੜਾਉਂਦੇ ਆ ਕੀ ਸਿਖਾਇਆ ਜਾਂਦਾ ਸੋ ਮੇਰਾ ਵੀਰ ਇਸ ਮੇਰੀ ਗੱਲ ਤੇ ਜਰੂਰ ਗੌਰ ਕਰਿਓ ਖਾਸ ਮੇਰੀ ਬੇਨਤੀ ਹੱਥ ਮੰਨ ਕੇ ਬੇਨਤੀ ਹੈ ਮੇਰੀ ਮਾਮਾਂ ਦੇ ਅੱਗੇ ਪੈਣਾ ਦੇ ਅੱਗੇ ਮੇਰੇ ਨੌਜਵਾਨ ਸਾਥੀਆਂ ਦੇ ਅੱਗੇ ਜਿਨ੍ਹਾਂ ਦੇ ਬੱਚੇ ਪੜਦੇ ਆ ਮੇਰਾ ਵੀਰ ਆਪਣੀ ਜ਼ਬਾਨ ਨਾਲ ਜੋੜ ਲਓ ਯਾਰ ਜ਼ਬਾਨ ਗਈ ਤਾਂ ਸਾਡਾ ਸਾਰਾ ਕੁਝ ਚਲੇ ਜਾਣਾ ਸਾਡੇ ਫਿਰ ਲਈ ਇਹ ਮਹਿਲ ਮਾੜੀਆਂ ਜਿਹੜੀਆਂ ਅਸੀਂ ਖੜੀਆਂ ਕਰ ਰਹੇ ਆ ਇਹ ਕੋਈ ਮੈਨੇ ਨਹੀਂ ਰੱਖਣਗੇ ਸਾਡਾ ਸਾਰਾ ਕੁਝ ਜ਼ਬਾਨ ਨਾਲ ਹੈ ਤੇ ਸ਼ਾਦਸ਼ਾਹਾਂ ਬੜੀਆਂ ਖਤਰਨਾਕ ਹੋ ਰਹੀਆਂ ਨੇ ਸ਼ਾਦਸ਼ਾਹਾਂ ਬੜੀਆਂ ਤੇਜ਼ ਹੋ ਰਹੀਆਂ ਨੇ ਲੱਗੇ ਹੋਏ ਨੇ ਅਗਲੇ ਕਿ ਚੱਕ ਦੋਨਾਂ ਦੀ ਜ਼ਬਾਨ ਨੂੰ ਮੈਂ ਹਮੇਸ਼ਾ ਤੁਹਾਨੂੰ ਕਿਹਾ ਹੈ ਕਿ ਇਤਿਹਾਸ ਇਸ ਗੱਲ ਦਾ ਗਵਾਹ ਰਿਹਾ ਇਹ ਲੋਕ ਵੀ ਜਾਣਦੇ ਆ ਕਿ ਜਦੋਂ ਕੋਈ ਕੌਮ ਦਾ ਖਾਤਮਾ ਹੋਇਆ ਇਸ ਦੁਨੀਆ ਤੋਂ ਤਬਾਹ ਹੋਈ ਆ ਕੋਈ ਕੌਮ ਕੋਈ ਕੌਮ ਦਾ ਇਤਿਹਾਸ ਮਿਟੇ ਇਸ ਦੁਨੀਆ ਤੋਂ ਤਾਂ ਸਭ ਤੋਂ ਪਹਿਲਾਂ ਉਹਦੀ ਜ਼ਬਾਨ ਉਹਦੀ ਬੋਲੀ ਨੂੰ ਮਾਰਿਆ ਗਿਆ ਉਹਦੀ ਮਾਂ ਬੋਲੀ ਨੂੰ ਖਤਮ ਕੀਤਾ ਗਿਆ ਸਿੱਖਣ ਦੀ ਲੋੜ ਆ ਸਾਨੂੰ ਪਾਵਨ ਲਾਡੂ ਵਾਲਿਆਂ ਤੋਂ ਕਰਨਾਟਕ ਵਾਲਿਆਂ ਤੋਂ ਕੇਰਲਾ ਵਾਲਿਆਂ ਤੋਂ ਉਹਨਾਂ ਲੋਕਾਂ ਨੂੰ ਸਿੱਖਣ ਦੀ ਲੋੜ ਹੈ ਕਿ ਕਿਵੇਂ ਉਹ ਆਪਣੀ ਜ਼ੁਬਾਨ ਨੂੰ ਉਹਨਾਂ ਨੇ ਆਪਣੀ ਜ਼ੁਬਾਨ ਆਪਣਾ ਵਿਰਸਾ ਆਪਣਾ ਪਹਿਰਾਵਾ ਸੰਭ ਕੇ ਰੱਖਿਆ ਸੋ ਜਰੂਰ ਮੇਰਾ ਵੀਰ ਗੌਰ ਕਰੋ ਤੇ ਅੱਗੇ ਜਰੂਰ ਇਹਨੂੰ ਪਛਾਣ ਦਿਓ ਤਾਂ ਕਿ ਆ ਬੱਚੀ ਦੀ ਕਹਾਣੀ ਕਿਉਂਕਿ ਇਹ ਜਿਹੜੀ ਬੱਚੀ ਦੀ ਕਹਾਣੀ ਹੈ ਇਹ ਪੰਜਾਬ ਦੇ ਹਰ ਅੰਗਰੇਜ਼ੀ ਮਾਧਿਅਮ ਵਾਲੇ ਪੜ੍ਹਨ ਵਾਲੇ ਸਕੂਲ ਦੇ ਬੱਚੇ ਨਾਲ ਵਾਪਰ ਰਹੀ ਹੈ ਪੁੱਛ ਕੇ ਦੇ ਲ ਤੁਸੀਂ ਆਪਣੇ ਜਵਾਕਾਂ ਨੂੰ ਡਰਦੇ ਜਵਾਬ ਦੱਸਦੇ ਨਹੀਂ ਵੀ ਸਾਡਾ ਜੇ ਨਾਂ ਆ ਗਿਆ ਅੱਗੇ ਸਾਨੂੰ ਸਕੂਲ ਚੋਂ ਕੱਢ ਦੇਣਗੇ ਸਾਡਾ ਨਾਂ ਕੱਟ ਦੇਣਗੇ ਪਰ ਬਰਿਆ ਕੇ ਤੁਸੀਂ ਇੱਕ ਵਾਰੀ ਜਰੂਰ ਮੇਰਾ ਵੀਰ ਪੁੱਛਿਓ ਤਾਂ ਤੁਹਾਨੂੰ ਜਵਾਬ ਥੋੜੇ ਜਰੂਰ ਸਚਾਈ ਦੱਸਣਗੇ ਵੀ ਸਾਨੂੰ ਬਾਪੂ ਉੱਥੇ ਪੰਜਾਬੀ ਬੋਲਣ ਨਹੀਂ ਦਿੰਦੇ ਪੰਜਾਬੀ ਕਮਾਲ ਹੋ ਗਈ ਯਾਰ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਬੋਲਣ ਦੇ ਰਹੇ ਐਦੂੰ ਤੱਕਾ ਹੱਡ ਨਾਲ ਕੀ ਹੋ ਸਕਦਾ ਐਦੂੰ ਸਾਡੇ ਮੌਲਕ ਅਧਿਕਾਰਾਂ ਦਾ ਘਾਣ ਕੀ ਹੋ ਸਕਦਾ ਸਰਕਾਰ ਵੱਲੋਂ ਚਿੱਠੀਆਂ ਕੱਢੀਆਂ ਨੇ ਉਹ ਚਿੱਠੀਆਂ ਸਾਰੀਆਂ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਡੀਓ ਨੂੰ ਦੇਖ ਕੇ ਆਏ ਆਂ ਡੀਸੀਆਂ ਨੂੰ ਜਾ ਕੇ ਮਿਲ ਕੇ ਦੇਖ ਕੇ ਆਏ ਆਂ ਇਹ ਆ ਸਰਕਾਰ ਦੀਆਂ ਚਿੱਠੀਆਂ ਤੁਸੀਂ ਕਿਸੇ ਬੱਚੇ ਨੂੰ ਉਹਦੀ ਮਾਂ ਬੋਲੀ ਬੋਲਣ ਤੋਂ ਰੋਕ ਨਹੀਂ ਸਕਦੇ ਪਰ ਉਹ ਤੇ ਅਮਲ ਅਮਲ ਉਹ ਤੇ ਤਾਂ ਹੋਣਾ ਜੇ ਅਸੀਂ ਅਸੀਂ ਗੌਰ ਕਰਾਂਗੇ ਅਜਿਹਾ ਘਰਾਂ 'ਚ ਸੁਣਨੇ ਹੋਏ ਬੈਠੇ ਆਂ ਚੁੱਪ ਕਰੇ ਬੈਠੇ ਵੀ ਕੋਈ ਗੱਲ ਨਹੀਂ ਜਵਾਬ ਪੜਦਾ ਗਿਆ ਸਕੂਲ ਵਾਪਸ ਆ ਗਿਆ ਬਸ ਇੰਨਾ ਇੰਨਾ ਸਾਡਾ ਸਾਡੇ ਦਿਮਾਗ 'ਚ ਗੱਲਬਾਤ ਚੱਲ ਰਹੀ ਹੈ ਮੇਰਾ ਵੀਰ ਵਾਰ-ਵਾਰ ਮੈਥੋਂ ਨਾ ਕਹੋ ਲੜਾਈ ਆਪਾਂ ਲਗਾਤਾਰ ਲੜ ਰਹੇ ਆਂ ਲੜਾਈ ਲੰਬੀ ਹੈ ਲੜਾਈ ਬੜੀਆਂ ਤਾਕਤਵਰ ਜਿਹੜੇ ਲੋਕਾਂ ਦੇ ਨਾਲ ਹੈ ਜਿਹੜੇ ਸਾਡਾ ਜਮੇ ਤਬਾਹ ਕਰਨਾ ਚਾਹੁੰਦੇ ਸਾਰਾ ਕੁਝ ਇੱਕ ਬਾਈ ਲਿਖਦਾ ਕਹਿੰਦਾ ਚੀਨੇ ਜਿੱਥੇ ਮਰਜ਼ੀ ਚਲੇ ਜਾਣ ਤੇ ਆਪਣੀ ਬੋਲੀ ਬੋਲਦੇ ਨੇ ਸਾਡੇ ਵਾਲੇ ਕਹਿੰਦਾ ਤਿਰਟਟਕੀ ਅੰਗਰੇਜ਼ੀ ਬੋਲਦੇ ਆ ਬਿਲਕੁਲ ਬਿਲਕੁਲ ਉਹਨਾਂ ਨੂੰ ਪਤਾ ਯਾਰ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਦੇ ਮਨ ਚ ਪਾਇਆ ਜਾਂਦਾ ਛੋਟਾ ਜਿਹਾ ਬੱਚਾ ਹੁੰਦਾ ਜਦੋਂ 4-3 ਸਾਲ ਦਾ ਉਹਦੋਂ ਉਹਦੇ ਬੱਚੇ ਦੇ ਮਾਂ ਉਹਦੀ ਇਹ ਮਨ ਚ ਭਰਦੀ ਆ ਚੀਜ਼ਾਂ ਕਿ ਬੱਚੇ ਵੀ ਪੁੱਤ ਤੇਰਾ ਜਿਹੜਾ ਤੇਰਾ ਪਹਿਰਾਵਾ ਤੇਰਾ ਵਿਰਸਾ ਤੇਰੀ ਬੋਲੀ ਤੇਰੀ ਧਰਤੀ ਮਾਂ ਤੇਰੇ ਲਈ ਕਿੰਨੇ ਅਹਿਮ ਨੇ ਇਹ ਚੀਜ਼ਾਂ ਨਾਲੇ ਬੱਚਿਆਂ ਦੇ ਮਨਾਂ ਦੇ ਵਿੱਚ ਦਿਮਾਗ ਦੇ ਵਿੱਚ ਇਹ ਬਰਾਸ ਚ ਮਿਲਦੀਆਂ ਨੇ ਉਹਨਾਂ ਨੂੰ ਚੀਜ਼ਾਂ ਆਪਣੇ ਵਾਲਾ ਨੂੰ ਕੀ ਮਿਲਦਾ 4 ਸਾਲ ਦਾ ਜਵਾਬ ਹੁੰਦਾ 5 ਸਾਲ ਦਾ ਤੂੰ ਪੁੱਤ ਫਿਰ ਕੀ ਕਰੇਗਾ ਤੂੰ ਤਾਂ ਐ ਕਰ ਫਿਰ ਛੇਤੀ ਛੇਤੀ ਪੁੱਤ 12 ਪੜ ਲਾ ਪਲੱਸ 2 ਕਰ ਲਾ ਤੇ ਫਿਰ ਆਪਾਂ ਉਸ ਤੋਂ ਬਾਅਦ ਜਾ ਕੇ ਜਿਹੜਾ ਤੇਰਾ ਆਇਲਟਸ ਕਰਾ ਕੇ ਤੈਨੂੰ ਬਾਹਰਲੇ ਮੁਲਕਾਂ ਨੂੰ ਭੇਜ ਦੇਣਾ ਸਾਡੇ ਇਹ ਭਰਿਆ ਜਾਂਦਾ ਹੈ ਸ਼ੁਰੂ ਦੀ ਜਵਾਕ ਦੇ ਵਿੱਚ ਸੰਸਕਾਰ ਜਿਹੜੇ ਸੰਸਕ੍ਰਿਤੀ ਜਿਹੜੀ ਭਰਨੀ ਹੁੰਦੀ ਹੈ ਉਹ ਅਸੀਂ ਭਰਦੇ ਨਹੀਂ ਹੈਗੇ ਸੋ ਮੇਰਾ ਵੀਰ ਬਹੁਤ ਜ਼ਰੂਰੀ ਹੈ ਬੜੀ ਮੈਂ ਵਾਰ-ਵਾਰ ਉਹੀ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ ਬੜਾ ਦੁੱਖ ਹੁੰਦਾ ਹੈ ਇਹ ਜੀਆਂ ਗੱਲਾਂ ਸੁਣ ਕੇ ਜਦੋਂ ਐ ਪਤਾ ਲੱਗਦਾ ਕਿ ਯਾਰ ਸਾਡੇ ਜਵਾਕ ਜਿਹੜੇ ਆਉਣ ਵਾਲੇ ਸਾਨੂੰ ਅੱਜ ਤੋਂ 20 ਸਾਲ ਬਾਅਦ 10 ਸਾਲਾਂ ਬਾਅਦ ਸਾਡੇ ਜਵਾਕ ਜਿਹੜੇ ਸਾਡੀ ਜ਼ੁਬਾਨ ਹੀ ਬੋਲਣਾ ਭੁੱਲ ਜਾਣਗੇ ਛੱਡੀ ਦੇਣਗੇ ਸਾਡੀ ਜ਼ੁਬਾਨ ਨੂੰ ਤਾਂ ਯਾਰ ਸਾਨੂੰ ਉਦੋਂ ਫਿਰ ਮੈਨੂੰ ਲੱਗਦਾ ਕਿ ਸਾਨੂੰ ਮਰਨ ਨੂੰ ਧਰਤੀ ਨੇ ਵੇਲ ਨਹੀਂ ਦੇਣੀ ਤੇ ਉਦੋਂ ਫਿਰ ਸਾਡੇ ਪੱਲੇ ਨਹੀਂ ਕੁਝ ਰਹਿਣਾ ਜਰੂਰ ਮੇਰਾ ਵੀਰ ਗੱਲ ਇਹ ਗੌਰ ਕਰੋ ਅੱਗੇ ਜਰੂਰ ਇਹਨੂੰ ਪਹਚਾਦਿਓ ਸਾਰੀ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ